आराम से हो सकती घर के जुल्म से तंग आके बाहर तंग आके और कॉल कर ली करो औरत जात हो के तू बाहर औरत जात तेरे कितने के मसाइल मुझे नहीं पता क्यों इतनी आवाज आ रही हो जिंदगी से बस मैं शादी नहीं करने देंगे स्वास्थ्य चल फिर तेन असी कर नहीं मैं नहीं कर छड़ गया मम्मी पास जिंदगी है जने मिले कर सन बड़ी हालत कर सड़ी दिए तू बयान नहीं किया नहीं मैं नहीं औरत किराया मेरा जना होने से फोटो हो गया भाई कितना अरसा हो गया बाहर इन्नी देर नहीं हुई मैं उठे जे हनु पागलखाने तुम तो हो ठीक हो फिर पागलखाने पागलखाने से बाहर टूट जाने से हो किस शहर की लाहौर की हो नहीं शहर से सियालकोट घर से वो ना घर से वो डिप्रेशन में है कहाँ से आई हो मैं जे नहीं पता मैं इधर ही रहती हूँ शुरू से मैं इधर तो घर वाले कहाँ जाना है मुझे नहीं मालूम हाँ नहीं मालूम इधर इधर मेरा नहीं बोलना मैं नहीं बोलना नहीं बोलना मैं ਉਂਝ ਤੈਨੂੰ ਬੋਲਣਾ ਨਹੀਂ ਆਉਂਦਾ ਉਂਝ ਤੇਰੇ ਕੋਲ ਬੋਲਣਾ ਨਹੀਂ ਜਾਂਦਾ ਤੇ ਹੁਣ ਤੂੰ ਚੀਕਾਂ ਮਾਰ ਰਹੀ ਹੈ ਹੈ ਆਰਾਮ ਸੇ ਕੁੰਗੀ ਮੇਰੀ ਹੋ ਸਕਦੀ ਔਰਤ ਜ਼ਾਤ ਹੋ ਕੇ ਤੂੰ ਬਾਹਰ ਨਹੀਂ ਔਰਤ ਜ਼ਾਤ ਤੇਰੇ ਕਿੰਨੇ ਕੁ ਮਸਾਇਲ ਮੈਨੂੰ ਨਹੀਂ ਪਤਾ ਕਿਉਂ ਇਤਨੀ ਆਵਾਜ਼ ਆ ਰਹੀ ਜ਼ਿੰਦਗੀ ਬਸ ਮੈਂ ਸ਼ਾਦੀ ਨਹੀਂ ਕਰਨ ਦਿੰਦੀ ਇਸ ਵਾਸਤੇ ਸ਼ਾਦੀ ਨਹੀਂ ਕੀ ਹਾਂ ਕਰਾਉਣੀ ਚਾਹੁੰਦੀ ਇਸ ਵਾਸਤੇ ਆਵਾਜ਼ ਆ ਰਹਾ ਘਰ ਵਾਲੋਂ ਨੇ ਜ਼ਬਰਦਸਤੀ ਕਰਨਾ ਜੀ ਨਹੀਂ ਕਿਸੇ ਨੇ ਕੁਝ ਮੈਂ ਨਹੀਂ ਕਰਾਉਣਾ ਚਾਹੁੰਦੀ ਤੇ ਤਾਂ ਵਾਸਤੇ ਤੇਰੀ ਕੌਣ ਕਰਦਾ ਹੈ ਸ਼ਾਦੀ ਕੌਣ ਕਰਦਾ ਹੈ ਮੈਂ ਤੈਨੂੰ ਕਿਹਾ ਮੈਂ ਤੈਨੂੰ ਕਿਹਾ ਮੇਰੇ ਕੋਲ ਸ਼ਾਦੀ ਕਰੇ ਹਾਂ ਫਿਰ ਸ਼ਾਦੀ ਦੀ ਗੱਲ ਕਿਉਂ ਕਰ ਰਹੀ ਤੂੰ ਆਖਿਆ ਤੈਨੂੰ ਕਿਉਂ ਮੌਤ ਮੌਤ ਮੰਗੀ ਮੈਂ ਕਹਾਂ ਸ਼ਾਦੀ ਕਰਦੇ ਤਾਂ ਮੇਰੇ ਕੋਲ ਮੋਦੀ ਮੌਤ ਜਿੰਨੇ ਮਨ ਜੁੜਦਾ ਉਹ ਹੋ ਜਾਏ ਜ਼ਰੂਰੀ ਨਹੀਂ ਹੈ ਕਿ ਜਿਹੜੇ ਇਨਸਾਨ ਨੇ ਜਿਹੜੀ ਕੁੜੀ ਨੇ ਜ਼ਿੰਦਗੀ ਗੁਜ਼ਾਰਨੀ ਉਹ ਸ਼ਾਦੀ ਗੁਜ਼ਾਰਨੀ ਵੀ ਇਹ ਕੋਈ ਜ਼ਿੰਦਗੀ ਮੈਂ ਤੇ ਕੁਸਨ ਸਲਾਮ ਦੀ ਮੂਲ ਆਵਾਂ ਉਹਨਾਂ ਦੇ ਘਰ ਤੋਂ ਤੇ ਮੇਰੇ ਕੋਲ ਸਕੀ ਉਹ ਬੋਈ ਲੈ ਆਇਆ ਨਾਲ ਇਤਨਾ ਅਰਸਾ ਹੋ ਗਿਆ ਉਹ ਬਾਹਰ ਰਹਿ ਰਹੀ ਹੈ ਇਤਨਾ ਯਾਨੀ ਤੁਹਾਡਾ ਜ਼ਹਿਨ ਪਰੇਸ਼ਾਨ ਰਹਿ ਬਾਹਰ ਰਹਿ ਮੈਂ ਨਹੀਂ ਕੁਝ ਕਰਦੇ ਸਾਂ ਮੈਨੂੰ ਘਰ ਦੇ ਹਰ ਦੇ ਉਸਰੇ ਚੱਲ ਫਿਰ ਤੈਨੂੰ ਅਸੀਂ ਕਰ ਨਹੀਂ ਮੈਂ ਨਹੀਂ ਘਰ ਛੱਡ ਗਿਆ ਮੈਨੂੰ ਘਰ ਜ਼ਿੰਦਗੀ ਹੈ ਇਹ ਜਨੇ ਮਿਲਿਆ ਕਸਨਾਂ ਦੀ ਹਾਲਤ ਕਰ ਸੜੀ ਦੀ ਮੁਰ ਜਿਹਨ ਘਰ ਹੈ ਇਹ ਬੁੱਢੀਆ ਫਿਰ ਘਰ ਰੱਖੇ ਦੇ ਨਾ ਮੈਨੂੰ ਜਿਹਨ ਮਿਲਿਆ ਬਸ ਮਿਊਜ਼ਿਕ ਕਰਦੇ ਮੇਰੇ ਪੈਸੇ ਦੇ ਹਨ ਠੀਕ ਹੈ ਫਿਰ ਮੈਨੂੰ ਘਰ ਦਿੰਦੇ ਘਰ ਕੇ ਜ਼ੁਲਮ ਸੇ ਤੰਗ ਆ ਕੇ ਬਾਹਰ ਨਹੀਂ ਤੰਗ ਆ ਕੇ ਉਹਦੇ ਕੋਲ ਕੱਢੀ ਕਰੋ ਕਿਉਂਕਿ ਉਹ ਹੁਣ ਸੇ ਉਹ ਭਾਈ ਕੇ ਸਾਲੇ ਸੇ ਸਾਲੇ ਕੀ ਬੀਵੀ ਸੇ ਹਾਂ ਸਾਲੇ ਵੀ ਘਰ ਕੱਢੀ ਮੈਨੂੰ ਠੀਕ ਹੈ ਉਹਦੇ ਤੋਂ ਉਹਨੂੰ ਮੈਂ ਮਾਰਿਆ ਠੀਕ ਹੈ ਮਾਰਾ ਵੀ ਤੁਮੇ ਮੈਂ ਮਾਰਿਆ ਘਰ ਤੋਂ ਇਹ ਮਸਲਮ ਕੇ ਲਾਣ ਵਾਸਤੇ ਸਲਾਮ ਦੇ ਘਰ ਤੋਂ ਲਾਣ ਵਾਸਤੇ ਘਰ ਜਾਣੇ ਮਰਵਾਇਆ ਹੈ ਗੱਡ ਮੇਰੀ ਹੋ ਗਈ ਨਹੀਂ ਮਾਰਨੀ ਤੇ ਫਿਰ ਜਾਣਾ ਪੁਲਿਸ ਨਾਲ ਮਿਲੀ ਦੀ ਹੋ ਜੇ ਪੁਲਿਸ ਕਹਿੰਦੀ ਹੈ ਕਿ ਜੋ ਪੁਲਿਸ ਬੱਚਾ ਹੀ ਭੁੱਲ ਗਈ ਦੀ ਹੈ ਘਰ ਜਾਣਾ ਕਿੱਥੇ ਰਹਿ ਹਾਲ ਸੇ ਬਦਾ ਹਾਲਾਂਕਿ ਸ਼ਕਲ ਕੀ ਅੱਛੀ ਖਾਸੀ ਘਰ ਦੇ ਵਿੱਚ ਜਦੋਂ ਧੀਏ ਨਾਲ ਜਾਂ ਵੱਖ ਹੋ ਗਈ ਸੀ ਤੇ ਪੁਲਿਸ ਜਿਹੜੀ ਦਰਬਾਰ ਖੋਤੀ ਨਾਲ ਪੜਾ ਤੇ ਬਣਨੇ ਚੋਰ ਤੇ ਪੁਲਿਸ ਤੇ ਖਲੋਤੀ ਗਈ ਤੇ ਆਪੇ ਬੈਠੀ ਦੀ ਹੈ ਤੇ ਕੋਈ ਬੱਚੇ ਨਹੀਂ ਪੰਜੇ ਕੋਲ ਕੋਈ ਬਕਾ ਬੰਦਾ ਨਹੀਂ ਸੀ ਬੱਚੇ ਉਹਦੇ ਭਰਾ ਦੇ ਤੂੰ ਬਿਆਨ ਨਹੀਂ ਕੀਤਾ ਨਹੀਂ ਮੈਂ ਨਹੀਂ ਔਰਤ ਕਿਰਾਇਆ ਮੇਰਾ ਜਿਹੜਾ ਹੁਣ ਸੇ ਫੋਟੋ ਹੋ ਗਿਆ ਭਾਈ ਕਿੰਨਾ ਅਰਸਾ ਰਿਹਾ ਤੇਰੇ ਨਾਲ ਹੁਣ ਅਸੀਂ ਉਹਦੇ ਮੈਂ ਪੜਦੀ ਸੇ ਮੈਂ ਪੜਨਾ ਪੜੀ ਹੈ ਮੈਂ ਜਿੰਨਾ ਹੀ ਪੜੀ ਗੋਲੀ ਮਾਰੋ ਔਰ ਤੇ ਪੜੀ ਫਾਇਦਾ ਕੋਈ ਨਹੀਂ ਯਾਨੀ ਤੇਰੀ ਸ਼ਾਦੀ ਸੇ ਪਹਿਲੇ ਤੁਹਾਡਾ ਬੰਦਾ ਹੋਣੇ ਵਾਲਾ ਬੰਦਾ ਫੋਟ ਹੋ ਗਿਆ ਹਾਂ ਔਰ ਅੱਗੇ ਵੀ ਦੱਸੇ ਨਾ ਹੋਣਾ ਸੀ ਨਾ ਹੋਣਾ ਸੀ ਜਿਹੜੀ ਭੈਣ ਜਿਹੜੀ ਹੁੰਦੀ ਹੈ ਨਾ ਨਨਾਣ ਜਿਹੜੀ ਵੱਡੀ ਉਹ ਬੜਾ ਤੇ ਮੇਰਾ ਇੱਕ ਕੁੜੀ ਅੱਗੇ ਵੀ ਆਇਆ ਉਹ ਆਪਣੇ ਸਨ ਉਹ ਵੱਡੀ ਤੇ ਮੈਂ ਛੋਟੀ ਨੇ ਆਪ ਹੀ ਕਿਹਾ ਤੇ ਔਰ ਚਾਚੇ ਘਰ ਹੋਣਾ ਸੀ ਚਾਚੇ ਘਰ ਉਹਦੀ ਜਿਹੜੀ ਉਹਦੀ ਨਨਾਣ ਜਿਹਨਾਂ ਦੀ ਜਿਹਨਾਂ ਨਾਲ ਕਰਨਾ ਸੀ ਉਹ ਚਾਚੇ ਤੁਹਾਡੇ ਜੋ ਜਿਸੇ ਸ਼ਾਦੀ ਹੋਣੀ ਉਸਕੀ ਭੈਣ ਉਸਕੀ ਭੈਣ ਚਾਚੇ ਕੇ ਘਰ ਹਾਂ ਤੇ ਮੈਂ ਉਹਨਾਂ ਘਰ ਟੁੱਟ ਜਾਣਾ ਸੀ ਉਹਦਾ ਤੇ ਹੋ ਗਿਆ ਉਹ ਫੋਟ ਹੋ ਗਿਆ ਹਾਂ ਤਾਂ ਮੈਂ ਇੱਥੇ ਆਣਾ ਨਹੀਂ ਸੀ ਮੈਂ ਉੱਥੇ ਹੀ ਗਈ ਸਾਂ ਕਿੰਨਾ ਅਰਸਾ ਹੋ ਗਿਆ ਬਾਹਰ ਇੰਨੀ ਦੇਰ ਨਹੀਂ ਹੋਈ ਮੈਂ ਉੱਥੇ ਜੇ ਸਾਨੂੰ ਪਾਗਲਖਾਨੇ ਘਰਾਂ ਦਾ ਨਾ ਬਣਿਆ ਹੁੰਦਾ ਉੱਥੇ ਛੱਡ ਰਹੇ ਉੱਥੇ ਹੀ ਆਈ ਸਾਂ ਕੰਡਿਆਂ ਨਹੀਂ ਮਾਰਿਆ ਮੈਂ ਫਿਰ ਇੱਥੇ ਪਾਗਲਖਾਨੇ ਛੋੜਿਆ ਤੁਮ ਤਾਂ ਹੋ ਠੀਕ ਹੋ ਫਿਰ ਪਾਗਲਖਾਨੇ ਪਾਗਲਖਾਨੇ ਬਾਹਰ ਟੁੱਟ ਜਾਂਦੇ ਉਹ ਵੀ ਇਸ ਤਰ੍ਹਾਂ ਕਹਿੰਦੇ ਮਾਂ ਨਹੀਂ ਸੁਤੇਲੀ ਜਿਹੜੀ ਹੁੰਦੀ ਉਹ ਕਹਿੰਦੀ ਧੀ ਦਾ ਤਾਂ ਨਹੀਂ ਉੱਥੇ ਛੱਡ ਆ ਉਹ ਤੇ ਕਹਿੰਦਾ ਠੀਕ ਹੈ ਤੇ ਮੇਰਾ ਤਾਇਆ ਵਗੈਰਾ ਰੱਖ ਤੀ ਆ ਨਹੀਂ ਸਾਨੂੰ ਭਾਈ ਦਾ ਸਾਂ ਤੇ ਮੈਨੂੰ ਆਪ ਛੱਡਣ ਲਿਆ ਸੀ ਫੋਟ ਆ ਕੇ ਮੈਨੂੰ ਪਤਾ ਸੀ ਮੈਂ ਕੱਲੀਆਂ ਨਹੀਂ ਵਾਰੇ ਤੇ ਮੈਂ ਪਹਿਲੇ ਗਈ ਉੱਥੇ ਹੀ ਮੈਂ ਨਹੀਂ ਜਾਂਦੀ ਕੋਈ ਵੀ ਅੱਡਾ ਵੱਡਾ ਲਾਹੌਰ ਘਰ ਜਾਂਦੀ ਹੋਰ ਸਾਹਿਬ ਸੀ ਮੈਂ ਉਹ ਕਿਸ ਸ਼ਹਿਰ ਕੀ ਲਾਹੌਰ ਕੀ ਹੋ ਨਹੀਂ ਸ਼ਹਿਰ ਸਿਆਲਕੋਟ ਸਿਆਲਕੋਟ ਸੇ ਆਈ ਹਾਂ ਫਿਰ ਗਈ ਕਬ ਕਿੰਨੀ ਵਾਰ ਗਈ ਹਾਂ ਬਿਠਾਉਂਦੇ ਨਹੀਂ ਪਏ ਨਹੀਂ ਰੱਖਦੇ ਬਿਠਾਉਂਦੇ ਨਹੀਂ ਪਏ ਕਿਉਂ ਨਹੀਂ ਰੱਖਦੇ ਨਹੀਂ ਆਪੇ ਜਾਣ ਸਭ ਬਿਠਾਉਂਦੇ ਨਹੀਂ ਪਏ ਤੇ ਪੁਲਿਸ ਜਿਹਨਾਂ ਫਿਰ ਵਿਆਹ ਕੀਤਾ ਉਹਦੀ ਮਾਂ ਨੇ ਡਾਂ ਉਹ ਸੂ ਤੇ ਇੰਨੀ ਸ਼ਰਮ ਆਉਂਦੀ ਹੈ ਭੁੱਲ ਜਾਂਦੀ ਤੂੰ ਜਿਹੜਾ ਨਾ ਪੁਲਿਸ ਦੀ ਇੰਨਾ ਬੜ ਕੇ ਬੈਠੀ ਹੁੰਦੀ ਆ ਅੱਗੋਂ ਪਿਸ਼ਾਬ ਵਾਲੀ ਜਗ੍ਹਾ ਔਰਤ ਨੂੰ ਲੈ ਕੇ ਔਰਤ ਦੀ ਲੈ ਕੇ ਤੇ ਉਹ ਪਿਸ਼ਾਬ ਵਾਲੀ ਜਗ੍ਹਾ ਔਰਤ ਲੈ ਕੇ ਬੈਠੇ ਨਹੀਂ ਆਪਣੀ ਉਹ ਹੈ ਛਪਾਈ ਪੁਲਿਸ ਵਾਲਾ ਹੋਏ ਤੇ ਉਹ ਵੀ ਪੰਜ ਖਲੋਤੇ ਹੁੰਦੇ ਨੇ ਮੇਰੇ ਭਰਾ ਨਹੀਂ ਉਹ ਵੀ ਨਹੀਂ ਮੇਰੇ ਨਹੀਂ ਉਹ ਵੀ ਠੀਕ ਹੈ ਮੈਂ ਉਹਨਾਂ ਦੇ ਮਾਨ ਕਰਾਂ ਬੜੇ ਖਲੋਤੇ ਦੇ ਨੇ ਤੇ ਉਹ ਬੱਚੇ ਭੁੱਲ ਗਿਆ ਮੇਰਾ ਮੂੰਹ ਡਵਾਇਆ ਸੀ ਉਹਨੇ ਬੱਚੇ ਕੁੱਟਿਆ ਮੈਨੂੰ ਕੁੱਟਿਆ ਨਹੀਂ ਮੇਰਾ ਘਰ ਵਾਲੂ ਕਹਿੰਦਾ ਮੂੰਹ ਡਵਾਇਆ ਠੀਕ ਹੈ ਉਹਨੇ ਇੰਨੀ ਕੁ ਮਜ਼ਦੂਰ ਬੜੀ ਖਾਦੀ ਯਾਰ ਪੈਸਾ ਹੈ ਉਹਦਾ ਵੀ ਪੈਸਾ ਹੈ ਜਿਸ ਤਰ੍ਹਾਂ ਸਾਡਾ ਪੈਸਾ ਆਪਣਾ ਨਹੀਂ ਦੂਆ ਹੋਏ ਤੈਨੂੰ ਮੈਂ ਨਾ ਮਸ਼ਵਰਾ ਤੇ ਇੰਨਾ ਰੋਲਾ ਨਹੀਂ ਪਾਈਦਾ ਠੀਕ ਹੈ ਰੋਲਾ ਨਹੀਂ ਪਾਈਦਾ ਜਿਹੜੇ ਗੱਲਾਂ ਕਰ ਰਹੀ ਹੈ ਜੋ ਵੀ ਤੁਹਾਡੇ ਮਸਾਇਲ ਨੇ ਅੱਲਾ ਨੇ ਟਾਲ ਲੈਣੇ ਕੀ ਕਰਾਂ ਠੀਕ ਹੈ ਛੁਰੀ ਮਾਰਾਂ ਲੱਕ ਵਿੱਚ ਦੇਖ ਪਰੇਸ਼ਾਨੀ ਆਪਣੇ ਵਕਤ ਤੇ ਜਾਣੀ ਇਹਨਾਂ ਦੇ ਘਰੋਂ ਆ ਕੇ ਢਿੱਡ ਮਰਾਂ ਆਪੇ ਨਹੀਂ
नहीं नहीं परेशानी अल्लाह ने जदों टालनी है अपने वक्त ते जानी है ठीक है। ओ ते हुन भला की कहंदी पई है हुन भला की सुनिया कहंदी हुन किसे भाई दा भाई ऐड ते नाल हुंदा सी ठीक है तू घर जाना चाहती है 1 मिनट तूने घर जाना तुम्हें घर छोड़े बिठा के आएंगे नहीं मैं घर जाना है ते मेरी मैं होय मां नु लेना फिर आवांगी ते नहीं आवांगी ओथे जा ठीक है तुमने अगर घर जाना है हम मीडिया वाले साथ लेके जाएंगे तुम्हें तुम्हें बिठा के आएंगे इज्जत से बिठा के अगर उनको कह कहेंगे कि इसको हाथ नहीं लगाना जाऊंगा उसे मां दे घर ही एने कह के भाई दे घर रहंदी टिकी दी ते कहंदी भाई दे घर रहना होवे ना उन्होंने घर चाहिए दी मौत हुन आ गए पुलिस कहंदी इलाके च आवे पुलिस ये लो चाय मौत ही जेरी चाय के पैसे नहीं पुलिस चाय पी लेना ठीक है रोला नहीं डालना आप नहीं रोना नहीं बस ठीक है लो आप चाय ए गल चलो ने दो जी आते भाई घर वालों की इतनी सताई हुई कि इसके भाई की साले की बीवी ने इसको मारा घर से निकाला। अब ये है कि ये सियालकोट से आई है और यहाँ पे लोगों में रह रह के दिमागी तौर पर टॉर्चर हो चुकी है और ये हमला कर रहे हैं। मैडम यही बात है ना, हम जब इसे पकड़ा ना जाके तो बात किए तो हमारे से झगड़ा करने लग पड़ी है, वो हमें देख के फिर इसने भागने की कोशिश भागने की मैं भी पूरा ठीक है पूरी भागने की कोशिश की लेकिन भाग के तो फिर आगे छुपती किधर आगे बसों के दरमियान फिर आगे छुप गई है। और मुझे यही कह रही थी कि क्यों चीख चहाड़ा मचाया, हालांकि मस्कून से हमें बताया मसला कोई इसने कुछ भी नहीं बोला लेकिन वो चले अब वो घर जाना घर से वो ना घर से डिप्रेशन में है। आप भाई ये नेक काम करते हैं कि वो थोड़ा सा कैमरे के सामने हो सकते हैं हेजिटेशन फील करे, आप उसे एड्रेस पूछें जो इसके घर के हैं, हम इसको जाते हैं बाहिफाजत बाइज्जत तरीके से इसके घर छोड़ के इसके घर वालों को। अगर वो घर जाना चाहते थे इंशाल्लाह हमें जरूर छोड़ के आएंगे, हमारी टीम इसको पूरा इसको जो सपोर्ट भी करेगी छोड़ के भी आएगी। जी नाज़रीन ये होते हैं अपने जिनकी अपनों की चोट जो है ना ये उसका रद्दअमल है, रिजल्ट आपके सामने है, जो उसने अल्फाज कहे हैं वो भी आपके सामने है, बाकी आप क्या कहेंगे। आप कहते हैं ना कि खून सफ़ेद हो गया है वो अब नज़र आता है। अपनी कीमती राय से आगाह कीजिएगा, हाजिर होंगे नए प्रोग्राम में फ़ी अमानिल्लाह।